ਅਤੇ ਦੇ ਸਕਦੇ ਮੇਰੇ ਕੋਲ ਪੂਰੀਆਂ 6 ਲਾਈਟਾਂ ਨੇ ਅਤੇ ਛਿੰਜਣ ਕਿ ਦੋ ਦੋ ਪੇਅਰ ਆ ਜਿਵੇਂ ਦੋ ਨੀਲੀਆਂ ਨੇ ਮੇਰੇ ਕੋਲ ਦੋ ਪੀਲੀਆਂ ਅਤੇ ਦੋ ਲਾਲ ਦੇ ਸਕਦੇ ਹੋ ਇੱਕ ਸੱਚ ਲੱਗੀ ਹੋਈ ਆ ਬਹੁਤ ਹੀ ਸਾਫ਼ ਸੁਥਰੀ ਲੱਗਦੀ ਆ ਪਰ ਦੇ ਸਕਦੇ ਹੋ ਇਹ ਥੋੜ੍ਹਾ ਹਨੇਰੇ ਵਾਲਾ ਕਮਰਾ ਪਰ ਇੱਥੇ ਚੱਲਣਾ ਹੈਗਾ ਅਤੇ ਹੁਣ ਜਦੋਂ ਮੈਂ ਸੋਚਦਾ ਪਤਾ ਜਿਵੇਂ ਕਿ ਇਹ ਤਾਂ ਦੇਖੋ ਤੁਸੀਂ ਸਾਈਕਲ ਦੀ ਕਿੰਨੀ ਜ਼ਿਆਦਾ ਗਦਰ ਲੁੱਕ ਆ ਰਹੀ ਆ ਆਹ ਵੀ ਸਲਾਹ ਲਾ ਦੀ ਆ ਬਲੂਟਰ ਸਭ ਜਿਹੜੀ ਬਲੂ ਕਿੰਨੀ ਲਾਈਟਾਂ ਨੇ ਜਦ ਮੈਂ ਬੈਕ ਕਰਨ ਦੀ ਸਲਾਹ ਉਹਨਾਂ ਨੂੰ ਫਿਰ ਮੈਂ ਕਰ ਦਵਾਂਗਾ ਜਦ ਮੈਂ ਰੁਕ ਜਾਂਦਾ ਫਿਰ ਮੈਂ ਕਰ ਲੈਂਦਾ ਮੈਂ ਤੋੜਦਾ ਤਾਂ ਮੈਂ ਜਾਣ ਕੇ ਸੱਚ ਦੱਬ ਲੈਂਦਾ ਸਾਰਿਆਂ ਨੂੰ ਮੈਂ ਪ੍ਰਦੀਪ ਤੁਸੀਂ ਦੇਖਦੇ ਹੋ ਪ੍ਰਦੀਪ ਅਤੇ ਅੱਜ ਮੈਂ ਇੱਕ ਹੋਰ ਨਵੀਂ ਵੀਡੀਓ ਲੈ ਕੇ ਆ ਗਿਆ ਜਿਵੇਂ ਕਿ ਤੁਸੀਂ ਪਹਿਲਾਂ ਨੇ ਆਪਣੀ ਮੋਟਰਸਾਈਕਲ ਵਾਲੀ ਵੀਡੀਓ ਦੇਖੀ ਜਿਹਦੇ 'ਤੇ ਆਪਾਂ ਤੁਹਾਨੂੰ ਲਾਈਟ ਲੱਗ ਰਖਾਈ ਅਤੇ ਉਹੀ ਚੀਜ਼ ਮਤਲਬ ਕਿ ਆਪਾਂ ਇਹਦੇ ਕਰੀ ਹੋਈ ਆ ਪਹਿਲਾਂ ਹੀ ਵੀ ਬ੍ਰੇਕ ਦੱਬਦੇ ਹਾਂ ਤਾਂ ਚੱਲ ਪੈਂਦੀਆਂ ਨੇ ਜੇ ਤੁਸੀਂ ਪੁਰਾਣੀਆਂ ਵੀਡੀਓ ਦੇਖੀ ਹੋਈ ਨੇ ਉੱਥੇ ਤਾਰ ਜੁੜ ਜਾਂਦੀ ਹੈ ਜਦੋਂ ਬ੍ਰੇਕ ਦੱਬਦੇ ਹਾਂ ਅਤੇ ਸਾਰੀ ਲਾਈਟ ਚੱਲ ਪੈਂਦੀਆਂ ਨੇ ਪਰ ਇਹ ਮੈਂ ਸੋਚਿਆ ਵੀ ਇਹ ਸਿਰਫ ਉਦੋਂ ਜਗਾ ਸਕਦਾ ਜਦੋਂ ਮੈਂ ਰੋਕਣੀ ਹੋਵੇ ਉਹ ਦੂਜਾ ਕੰਮ ਹੁਣ ਮੈਂ ਸੋਚ ਰਿਹਾ ਵੀ ਇਹਦੇ ਇੱਕ ਤਾਂ ਲਾਈਟਾਂ ਹੋਰ ਲਾਈ ਜਾਣ ਅਤੇ ਇੱਥੇ ਇੱਕ ਸੁੱਚ ਲਾਤੀ ਜਾਵੇ ਔਰ ਇੱਕ ਬਾਈ ਦਾ ਕਮੈਂਟ ਵੀ ਆਇਆ ਸੀ ਕਹਿੰਦਾ ਸੁੱਚ ਤੇ ਕਰਦੇ ਤਾਂ ਹੁਣ ਆਪਾਂ ਉਹਦੀ ਬਾਈ ਦੀ ਗੱਲ ਮੰਨ ਕੇ ਆਪਾਂ ਸੁੱਚ ਦੀ ਕਰਾਂਗੇ ਅਤੇ ਫਿਰ ਹੁਣ ਆਪਾਂ ਵੀਡੀਓ ਸਟਾਰਟ ਕਰਦੇ ਹਾਂ ਪਹਿਲਾਂ ਮੈਂ ਸਮਾਨ ਸਮੂਹ ਜਿਹਾ ਥੱਲੋਂ ਚੱਕ ਲਿਆ ਮੈਂ ਉਸ ਤੋਂ ਬਾਅਦ ਆਪਾਂ ਲਾਈਟਾਂ ਫਿੱਟ ਕਰਦੇ ਹਾਂ ਅਤੇ ਦੇਖ ਸਕਦੇ ਜਿਹੜਾ ਝੰਡਾ ਨਾ ਇਹ ਮੈਂ ਅਲੱਗ ਤੋਂ ਲਾਇਆ 50 ਰੁਪਏ ਦਾ ਮਿਲਿਆ ਮੈਨੂੰ ਸਾਰਾ ਕੁਛ ਇਹ ਲੱਗਦਾ ਤਾਂ ਉਰੇ ਹੁੰਦਾ ਕਿਉਂਕਿ ਹੁਣ ਸਾਈਕਲ ਹੀ ਇਹੋ ਜਿਹੀ ਆ ਇਹਦੇ ਨਟ ਦੇਖੋ ਇਹੋ ਜਿਹੇ ਨੇ ਕੁਛ ਕੁ ਅਤੇ ਇੱਧਰੋਂ ਇਹੋ ਜਿਹੇ ਨੇ ਇਹ ਉਹਦੇ ਫਿੱਟ ਨਹੀਂ ਆਇਆ ਇਸ ਕਰਕੇ ਮੈਂ ਹੈਗਾ ਤਾਂ ਸਿੱਧਾ ਸੀ ਮਚੋ ਕੇ ਇੱਧਰੋਂ ਕਰਤਾ ਇੱਧਰੋਂ ਮਚੋ ਕੇ ਇੱਧਰੋਂ ਕਰਤਾ ਅਤੇ ਉਰੇ ਜਿਹੜਾ ਨਟ ਹੁੰਦਾ ਉਹ ਨਟ ਕੱਸਤਾ ਅਤੇ ਉੱਥੇ 'ਚ ਐੱਮ ਸੀ ਲਾਤੀ ਵੀ ਜਿਹੜਾ ਜਮ੍ਹਾਂ ਹਿੱਲੇ ਵੀ ਨਾ ਇਹ ਊਂ ਤਾਂ ਇਹ ਨਟ ਕੱਸਾ ਪਰ ਇੱਥੇ ਐੱਮ ਸੀ ਲਾ ਕੇ ਜਮ੍ਹਾਂ ਸਰੇ ਹੋ ਗਿਆ ਕੰਮ ਅਤੇ ਹੁਣ ਇਹ ਝੰਡਾ ਹੁਣ ਮੈਂ ਦਿਖਾ ਨਹੀਂ ਸੀਗਾ ਹੁਣ ਮੈਂ ਇਹਨੂੰ ਪੁੱਠੀ ਕਿਵੇਂ ਕਰੂੰ ਯਾਰ ਝੰਡਾ ਹਿੱਲ ਜਾ ਚਲੋ ਕੋਈ ਨਹੀਂ ਦੇਖਦੇ ਦੇਖ ਸਕਦੇ ਹੋ ਆਹ ਸਮਾਨ ਮੈਂ ਚੱਕ ਲਿਆਂਦਾ ਇਹਨੂੰ ਮੋਡੀਫਾਈ ਕਰਨ ਵਾਸਤੇ ਅਤੇ ਦੇਖੋ ਜਿਵੇਂ ਮੈਂ ਬ੍ਰੇਕ ਦੱਬਦਾ ਸੀਗਾ ਅਤੇ ਆਹ ਤਾਂ ਆਪਸ ਜੁੜ ਜਾਂਦੀਆਂ ਸੀਗੀਆਂ ਅਤੇ ਜਿਹੜੀਆਂ ਲਾਈਟਾਂ ਨੇ ਉਹ ਚੱਲ ਪੈਂਦੀਆਂ ਸੀਗੀਆਂ ਥੱਲੇ ਤੁਸੀਂ ਦੇਖ ਸਕਦੇ ਹੋ ਇਹ ਐਂ ਹੁਣ ਇਹ ਆਪਾਂ ਸਿਸਟਮ ਤੋੜ ਕੇ ਨਾ ਅਤੇ ਸੁੱਚ ਲਾ ਦਿੰਦੇ ਹਾਂ ਸੁੱਚ ਮੈਂ ਲਿਆਉਂਦੀ ਆ ਦੇਖੋ ਇਹ 50 ਰੁਪਏ ਦੀ ਮੈਨੂੰ ਇੱਕ ਸੁੱਚ ਪਈ ਆ ਮੋਟਰਸਾਈਕਲ ਵਾਲੀ ਦੁਕਾਨ ਤੋਂ ਜਿੱਥੇ ਮੋਟਰਸਾਈਕਲ ਠੀਕ ਵਗੈਰਾ ਕਰਦੇ ਨੇ ਇਹ ਤੁਸੀਂ ਦੇਖ ਸਕਦੇ ਹੋ ਮੋਟਰਸਾਈਕਲ ਵਾਲੀ ਦੁਕਾਨ ਤੋਂ ਮਿਲ ਜੂਗੀ ਇਹ ਹੁਣ ਇੱਥੇ ਮੈਂ ਕਸਣ ਜਾ ਰਿਹਾ ਅਤੇ ਪਹਿਲਾਂ ਇਹਨੂੰ ਕਸਾਂ ਕਿ ਚੱਲ ਪਹਿਲਾਂ ਸਾਰਾ ਲਾਈਟਾਂ ਜਿਹੜੀਆਂ ਉਹ ਲੱਗੀਆਂ ਹੋਈਆਂ ਨੇ ਸਾਰੀਆਂ ਲਾ ਦਾਂ ਫਿਰ ਮੈਂ ਇਹਦੀ ਬਾਕੀ ਸਾਰਾ ਕੁਛ ਕੰਮ ਪੂਰਾ ਕਰਦਾ ਅਤੇ ਦੇਖ ਸਕਦੇ ਮੇਰੇ ਕੋਲ ਪੂਰੀਆਂ 6 ਲਾਈਟਾਂ ਨੇ ਅਤੇ ਛਿੰਜਣ ਕਿ ਦੋ ਦੋ ਪੇਅਰ ਆ ਜਿਵੇਂ ਦੋ ਨੀਲੀਆਂ ਨੇ ਮੇਰੇ ਕੋਲ ਦੋ ਪੀਲੀਆਂ ਅਤੇ ਦੋ ਲਾਲ 6 ਲਾਈਟਾਂ ਨੇ ਅਤੇ 1 2 3 4 ਅਤੇ ਆ ਦੋ ਬੈਟਰੀਆਂ ਜੋੜੀਆਂ ਹੋਈਆਂ ਨੇ ਜਾਣੀ ਕਿ ਇੱਕਣ ਜੁੜ ਜਾਂਦੀਆਂ ਨੇ ਬਸ ਇਹਨਾਂ ਦੀਆਂ ਤਾਰਾਂ ਕੱਢੀਆਂ ਹੋਈਆਂ ਟੋਟਲ 6 ਹੀ ਬੈਟਰੀਆਂ ਨੇ ਜਾਣੀ ਕਿ ਇਹਨਾਂ ਨੂੰ ਐਂ ਕੀਤਾ ਹੈ ਵੀ ਹੁਣ ਇਹ ਪਹਿਲਾਂ ਤਾਂ ਮੈਂ ਐਂ ਕਰਦਾ ਸੀ ਨਾ ਜਿਵੇਂ ਇੱਕ ਬੈਟਰੀ ਉੱਤੇ ਚਿਪਕਾ ਕੇ ਉਰੀ ਐਂ ਚਿਪਕਾ ਦਿੰਦਾ ਸੀ ਦੋਨਾਂ ਨੂੰ ਪਰ ਹੁਣ ਮੈਂ ਸੋਚਿਆ ਵੀ ਲਾਈਟਾਂ ਲਾ ਕੇ ਬੈਟਰੀਆਂ ਸਾਰੀਆਂ ਨੂੰ ਇਕੱਠੀਆਂ ਕਰਕੇ ਸਾਈਡ 'ਤੇ ਰੱਖ ਦੂੰਗਾ ਫਿਰ ਲਗਾਊਂਗਾ ਕਿਉਂਕਿ ਫਿਰ ਜੇ ਜਦੋਂ ਬੈਟਰੀਆਂ ਡਾਊਨ ਹੋਊਗੀ ਆਪਾਂ ਨੂੰ ਚੇਂਜ ਵੀ ਕਰ ਸਕਦੇ ਹਾਂ ਜਾਂ ਮੈਂ ਇੱਕ ਸੋਚ ਰਿਹਾ ਵੀ ਇਹਦੇ ਇੱਕ ਛੋਟੀ ਮੋਟਰਸਾਈਕਲ ਵਾਲੀ ਬੈਟਰੀ ਵੀ ਰੱਖ ਦਿੱਤੀ ਜਾਵੇ ਉਰੇ ਜਿਹੜੀ ਛੇਤੀ ਡਾਊਨ ਹੀ ਨਹੀਂ ਹੋਊਗੀ ਹੁਣ ਸਭ ਤੋਂ ਪਹਿਲਾਂ ਮੇਰਾ ਕੰਮ ਹੈਗਾ ਸਾਰੀਆਂ ਲਾਈਟਾਂ ਨੂੰ ਜਿੱਥੇ ਜਿੱਥੇ ਲਾਉਣੀਆਂ ਨੇ ਉੱਥੇ ਲਾ ਦਿੰਦਾ ਉਸ ਤੋਂ ਬਾਅਦ ਇਹਨਾਂ ਨੂੰ ਕਨੈਕਸ਼ਨ ਦਊਂਗਾ ਹੁਣ ਸਭ ਤੋਂ ਪਹਿਲਾਂ ਇੱਕ ਕੰਮ ਕਰ ਲਈਏ ਜਿਵੇਂ ਕਿ ਆਹ ਦੋਨੋਂ ਪੋਜ਼ੀਟਿਵ ਨੈਗੇਟਿਵ ਬਣਾਉਣਾ ਇਹਨਾਂ ਨਹੀਂ ਆਪਾਂ ਤਾਰਾਂ ਬਣਾ ਲਈਏ ਜਿਵੇਂ ਦੋ ਤਾਰਾਂ ਨਿਕਲਦੀਆਂ ਨੇ ਇੱਕ ਨੇ ਸਾਰੀਆਂ ਦੀਆਂ ਤਾਰਾਂ ਬਣਾ ਲਈਏ ਉਸ ਤੋਂ ਬਾਅਦ ਆਪਾਂ ਅਗਲਾ ਕੰਮ ਸ਼ੁਰੂ ਕਰਦੇ ਹਾਂ
ਅਤੇ ਦੇਖ ਸਕਦੇ ਹੋ ਮੈਂ ਅੱਧਾ ਘੰਟਾ ਮਿਹਨਤ ਕਰਨ ਵਾਲਿਆਂ ਤਾਰਾਂ ਨੇ ਇੱਕਣ ਕੱਢ ਲਈ, ਯਾਨੀ ਕਿ ਹਰ ਇੱਕ ਬੈਟਰੀ ਦੀਆਂ ਹੁਣ ਤਾਰਾਂ ਹੋ ਗਈਆਂ। ਹੁਣ ਇਹ ਆਪਾਂ ਬੈਟਰੀਆਂ ਇਕੱਠੀਆਂ ਕਰ ਲਾਂਗੇ ਅਤੇ ਸਾਨੂੰ ਹਰ ਇੱਕ ਨੂੰ ਆਪਾਂ ਇੱਕ ਇੱਕ ਬੈਟਰੀ ਲਾ ਦੇਣੀ ਹੈ। ਅਤੇ ਜੇ ਆਪਾਂ ਜਿਵੇਂ ਆਪਾਂ ਦੋ ਬੈਟਰੀਆਂ ਵੀ ਦੇ ਰਹੇ ਹਾਂ ਨਾ, ਤਾਂ ਜਿਵੇਂ ਹੁਣ ਜੇ ਆਪਾਂ ਐਂ ਕਰ ਲਈਏ ਮੈਂ ਇਕੱਠੀਆਂ ਸਾਰੀਆਂ ਇੱਕ ਬੈਟਰੀ ਬਣਾ ਲੈਣਾ, ਜੋੜ ਕੇ ਇੱਕ ਬੈਟਰੀ ਬਣ ਜੂਗੀ, ਫਿਰ ਉਹਨਾਂ ਨਾਲ ਇਕੱਲੀ ਇਕੱਲੀ ਤਾਰ ਜੋੜਨੀ ਦੇਵਾਂ। ਮੈਂ ਇਹੀ ਸਲਾਹ ਬਣਾ ਰਿਹਾ ਵੀ ਇੱਕਣੇ ਕਰਦੇ ਹਾਂ ਚੱਲ। ਅਤੇ ਹੁਣ ਜਿਹੜੀਆਂ ਛੇ ਬੈਟਰੀਆਂ ਸੀ ਨਾ, ਉਹਨਾਂ ਨੂੰ ਮੈਂ ਦੋ ਤਿੰਨ ਬੈਟਰੀਆਂ ਕਰ ਲਈਆਂ, ਯਾਨੀ ਕਿ ਦੋ ਬੈਟਰੀਆਂ ਨੂੰ ਜੋੜ ਕੇ ਦੋ ਤਾਰਾਂ ਰੱਖ ਲਈਆਂ, ਦੋ ਬੈਟਰੀਆਂ ਜੋੜ ਕੇ ਦੋ ਦੋ, ਅਤੇ ਉਹਨਾਂ ਸਾਰਿਆਂ ਨੂੰ ਜੋੜਤਾ। ਅਤੇ ਹੁਣ ਇਹ ਇਸ ਤਰ੍ਹਾਂ ਹੋ ਗਈਆਂ, ਯਾਨੀ ਕਿ ਚਾਹਾਂ ਤਾਂ ਹੁਣ ਮੈਨੂੰ ਇੱਕ ਇਹਨਾਂ ਨੇ ਇਹ ਸਾਰੀ ਨੂੰ ਮਿਲਾ ਕੇ ਦੋ ਤਾਰਾਂ ਕੱਢ ਸਕਦਾ ਇੱਕ ਪੋਜ਼ੀਟਿਵ ਕਨੈਕਟ, ਫਿਰ ਇਹਨਾਂ ਕਰੰਟ ਬਹੁਤ ਤੇਜ਼ ਹੋਜੂ। ਪਰ ਮੈਂ ਯਾਨੀ ਕਿ ਦੋ ਦੋ ਬੈਟਰੀਆਂ ਦੇ ਹਿਸਾਬ ਨਾਲ ਕਰ ਲਿਆ ਅਤੇ ਇਹਨਾਂ ਨੂੰ ਇਕੱਠੀ ਕਰ ਲਿਆ। ਹੁਣ ਦੇਖੋ ਤੁਸੀਂ ਇੱਕ ਬੈਟਰੀ, ਆ ਦੂਜੀ ਬੈਟਰੀ, ਆ ਤੀਜੀ ਬੈਟਰੀ, ਅਤੇ ਹੁਣ ਇਹਨੂੰ ਹੁਣ ਇੱਕ ਬੈਟਰੀ ਨਾਲ ਯਾਨੀ ਕਿ ਇਹ ਦੋ ਲਾਈਟਾਂ ਚੱਲਿਆ ਕਰਨਗੀਆਂ। ਹੁਣ ਆਪਾਂ ਲਾਈਟਾਂ ਨੂੰ ਫਿੱਟ ਕਰ ਦਈਏ, ਉਦੋਂ ਬਾਅਦ ਤੁਹਾਨੂੰ ਦਿਖਾਉਂਦੇ ਹਾਂ ਵੀ ਕਿਵੇਂ ਬੈਟਰੀ ਕਿੱਥੇ ਫਿੱਟ ਕਰਨੀ ਹੈ, ਯਾਨੀ ਇੱਕ ਤਰ੍ਹਾਂ ਦੀ ਆਪਾਂ ਬੈਟਰੀ ਬਣਾਉਣੀ, ਬਸ ਰੀਚਾਰਜ ਨਹੀਂ ਹੁੰਦੀ। ਪਰ ਪਹਿਲਾਂ ਮੇਰਾ ਪਲੈਨ ਬਣ ਰਿਹਾ ਕਿ ਉਹਨਾਂ ਮੈਂ ਇੱਕ ਸੁੱਚ ਲਾ ਦਾਂ ਇੱਥੇ, ਵੀ ਫਿਰ ਆਪਾਂ ਨਾਲ ਉਹ ਹੋ ਜੂਗਾ, ਕੱਟ ਵੱਧ ਕੇ ਕਰਨ ਦੀ ਲੋੜ ਨਹੀਂ ਹੋਊ। ਰੇਡੀ ਹੋਰ ਫਿੱਟ ਹੋ ਗਈ, ਬਿਲਕੁਲ ਨਹੀਂ ਹਿੱਲਦੀ ਹੈਗੀ। ਅਤੇ ਹੁਣ ਆਪਾਂ ਪਹਿਲਾਂ ਚੈੱਕ ਕਰ ਲਈਏ ਵੀ ਸੋਚ ਜਿਹੜੀ ਕੰਮ ਕਰ ਰਹੀ ਹੈ ਕਿ ਨਹੀਂ ਕਰ ਰਹੀ, ਅਤੇ ਹੋਰ ਪੰਗਾ ਪੈ ਜਾਵੇ। ਅਤੇ ਹੁਣ ਸੁੱਚ ਚੈੱਕ ਕਰਦਾ ਪਹਿਲਾਂ ਮੈਂ, ਦੇਖ ਸਕਦੇ ਹੋ ਆਹ ਮੈਂ ਸੁੱਚ ਔਨ ਕਰਦਾ ਤਾਂ ਚੱਲ ਪਈ ਬੰਦ। ਦੇਖੋ ਜਿਵੇਂ ਹੁਣ ਬੈਟਰੀ ਆ ਉਹ ਇੱਥੇ ਰੱਖਤੀ, ਪਰ ਮੈਨੂੰ ਦੇਖਣ ਨੂੰ ਬੈਟਰੀ ਭੈੜੀ ਜੀ ਲੱਗ ਰਹੀ ਹੈ। ਫਿਰ ਮੇਰੇ ਦਿਮਾਗ 'ਚ ਆਇਆ ਵੀ ਕਿਉਂ ਨਾ ਮੈਂ ਬੈਟਰੀ ਸੀਟ ਦੇ ਥੱਲੇ ਰੱਖ ਲਾਂ। ਜੇ ਮੈਂ ਸੀਟ ਦੇ ਥੱਲੇ ਰੱਖੂੰਗਾ ਫਿਰ ਉੱਚੀ ਨੀਵੀਂ ਸੀਟ ਕਰਨ ਥੋੜ੍ਹਾ ਔਖਾ ਹੋਇਆ ਕਰੂ, ਕਿਉਂਕਿ ਬਸ ਇੱਕ ਬਟਨ ਜੇ ਨਾਲ ਉੱਤੇ ਨੂੰ ਹੋ ਜਾਂਦੀ ਥੱਲੇ ਨੂੰ ਹੋ ਜਾਂਦੀ, ਫਿਰ ਇਹ ਕਰਨ 'ਚ ਔਖਾ ਹੋਊ। ਪਰ ਕੋਈ ਨਹੀਂ, ਥੋੜ੍ਹੀ ਵੱਧ ਦਾਰ ਪਾ ਦਾਂਗੇ, ਪਰ ਬੈਟਰੀ ਤਾਂ ਹੁਣ ਲੁਕਾਉਣੀ ਉਹ ਇੱਥੇ ਰੱਖੂੰਗਾ ਮੈਂ। ਦੇਖਦਾ ਜਿਹੜੇ ਲੱਗਦੀ ਹੈ ਠੀਕ ਆ, ਨਹੀਂ ਫਿਰ ਇੱਥੇ ਰੱਖਣੀ ਪੈਣੀ ਆ, ਨਹੀਂ ਫਿਰ ਮੈਂ ਇੱਕ ਹੋਰ ਨਵੀਂ ਬੈਟਰੀ ਲਿਆਊਂਗਾ। ਜੇ ਵੀਡੀਓ 'ਤੇ ਪੂਰੇ ਨਾ ਤਾਂ ਮੈਂ ਜਿਹੜੀ ਮੋਟਰਸਾਈਕਲ ਵਾਲੀ ਬੈਟਰੀ ਆ ਉਹ ਲਿਆ ਕੇ ਲਾਊਂਗਾ, ਜਿਹੜੀ ਕਿ ਮੈਨੂੰ 500 ਰੁਪਏ ਦੀ ਕਹਿ ਰਿਹਾ, ਅਤੇ ਮੇਰੇ 500 ਰੁਪਇਆ ਖਰਚ ਨੂੰ ਦਿਲ ਨਹੀਂ ਕਰ ਰਿਹਾ, ਅਤੇ ਕਿਉਂਕਿ ਮੇਰੇ ਕੋਲ ਹੈ ਵੀ ਨਹੀਂ 500 ਰੁਪਇਆ। ਬਾਕੀ ਜੇ ਤੁਸੀਂ 113 ਲਾਈਕ ਕੀਤੇ ਤਾਂ ਕਿਸੇ ਨੂੰ ਕਿਸੇ ਲੋਟ ਲੈ ਕੇ ਆਊਂ ਮੈਂ, ਅਤੇ ਬੈਟਰੀ ਚਪਕਾਵਾਂਗੇ। ਅਤੇ ਪਰ ਫਿਲਹਾਲ ਹੁਣ ਨਵੀਂ ਬੈਟਰੀਆਂ ਨਾਲ ਸਾਰਨਾ ਪਊ। ਮੈਂ ਦੇਖਦਾ ਜੇ ਗੱਦੀ ਥੱਲੇ ਆ ਦਾ, ਦੇਖੋ ਗੱਦੀ ਖੋਲਦਾ ਤਾਂ ਮੈਂ, ਅਤੇ ਇੱਥੇ ਕਿਤੇ ਜੇ ਫਿੱਟ ਆਉਂਦੀਆਂ ਬੈਟਰੀ ਤਾਂ ਬਹੁਤ ਵਧੀਆ ਗੱਲ ਆ। ਦੇਖ ਸਕਦੇ ਹਾਂ ਫਿੱਟ ਤੇਰੇ 'ਚ ਆ ਜੂਗੀ, ਦੇਖੋ ਕੁਛ ਖਾਸ ਦਿਸ਼ ਨਹੀਂ ਆਉਂਦੀ, ਪਰ ਇਹ ਥੋੜ੍ਹੀ ਜਿਹੀ ਬਾਹਰ ਨੂੰ ਨਿਕਲ ਰਹੀ ਹੈ, ਜਿਹਦੇ ਕਰਕੇ ਹੁਣ ਮੈਨੂੰ ਇਹਦੀ ਸ਼ੇਪ ਆ ਜਿਹੜੀ ਬੈਟਰੀ ਤੋਂ ਸੈੱਟ ਕਰਨੀ ਪਊ, ਫਿਰ ਇਹਦੇ ਵਿੱਚ ਫਿੱਟ ਆਊਗੀ। ਇਹ ਹੁਣ ਤੁਸੀਂ ਇਹ ਤਿੰਨ ਬੈਟਰੀਆਂ ਜੋੜ ਕੇ ਮੈਂ ਇੱਕ ਬੈਟਰੀ ਹੁਣ ਇਹਦੀ ਸ਼ੇਪ ਇਹੋ ਜਿਹੀ ਕਰ ਲਈ, ਅਤੇ ਹੁਣ ਇਹ ਮੈਨੂੰ ਲੱਗਦਾ ਇੱਕ ਫਿੱਟ ਆ ਜਾਏਗੀ। ਹਾਂ ਆ ਗਈ, ਅਤੇ ਹੁਣ ਆਪਾਂ ਇਹਦੇ ਵਿੱਚ ਫਿੱਟ ਕਰਕੇ ਅਤੇ ਕਰੰਟ ਯਾਨੀ ਕਿ ਗੱਦੀ ਵਿੱਚ ਦਿੱਤਿਆ ਕਰਾਂਗੇ। ਅਤੇ ਹੁਣ ਤੁਸੀਂ ਦੇਖ ਸਕਦੇ ਹੋ ਆਪਣੀ ਜਿਹੜੀ ਗੱਦੀ ਆ ਉਹ ਬਿਲਕੁਲ ਠੀਕ ਆ, ਕੁਛ ਨਹੀਂ ਇਸ ਨਜ਼ਰ ਆ ਰਿਹਾ, ਤਾਰਾਂ ਜਿਹੜੀਆਂ ਨਜ਼ਰ ਆ ਰਹੀਆਂ ਨੇ, ਬਾਅਦ 'ਚ ਇਹ ਵੀ ਦੇਖਣ ਹਟ ਜਾਣੀਆਂ ਨੇ। ਅਤੇ ਹੁਣ ਗੱਦੀ ਜਿਹੜੀ ਬਹੁਤ ਭਾਰੀ ਹੋ ਗਈ ਬੈਟਰੀ ਨਾਲ, ਅਤੇ ਉਹਦੇ 'ਤੇ ਹੁਣ ਬਸ ਇੱਕ ਲਾਈਟਾਂ ਰਹਿ ਗਈਆਂ, ਆਪਣੇ ਦੋ ਸਟੈਪ ਪੂਰੇ ਹੋ ਗਏ। ਪਹਿਲਾਂ ਆਪਾਂ ਬੈਟਰੀ ਫਿੱਟ ਕਰਤੀ, ਦੂਜੀ ਆਪਾਂ ਸੁੱਚ ਲਾ ਤੀ, ਹੁਣ ਤੀਜਾ ਸਟੈਪ ਲਾਸਟ ਜਿਹੜਾ ਆਪਾਂ ਲਾਈਟਾਂ ਫਿੱਟ ਕਰ ਰਹੇ ਹਾਂ ਜਿੱਥੇ ਇੱਥੇ ਜੀ ਕਰਦਾ। ਹੁਣ ਮੈਂ ਦੇਖਦਾ ਵੀ ਕਿੱਥੇ ਲਾਈਟਾਂ ਜਿਹੜੀਆਂ ਮੈਨੂੰ ਠੀਕ ਲੱਗਣਗੀਆਂ ਉੱਥੇ ਉੱਥੇ ਮੈਂ ਲਾ ਦਿੰਦਾ, ਅਤੇ ਬਾਕੀ ਫਿਰ ਵੀਡੀਓ ਆਪਾਂ ਤੁਹਾਨੂੰ ਦਿਖਾਉਂਦੇ ਹਾਂ ਨੇਰੇ ਜਿਵੇਂ ਕਿਹੋ ਜਿਹੀ ਲੱਗਦੀ ਹੈ। ਤੁਸੀਂ ਦੇਖ ਸਕਦੇ ਹੋ ਜਿਹੜੀ ਮੈਂ 6 ਲਾਈਟਾਂ ਫਿਕਸ ਕਰ ਦਿੱਤੀਆਂ, 1, 2, 3, 4 ਦੋਹਰੇ, 5ਵੀਂ ਉੱਪਰ, 6ਵੀਂ ਉਰੇ ਫਰੰਟ 'ਚ, ਯਾਨੀ ਕਿ 6 ਲਾਈਟਾਂ ਦੇ ਵਿੱਚ ਫਿੱਟ ਨੇ। ਅਤੇ ਹੁਣ ਬਸ ਇਹਨੂੰ ਕਨੈਕਸ਼ਨ ਦੇ ਕੇ ਇੱਕ ਸੁੱਚ ਦਾ ਕੰਮ ਕਰਨਾ, ਬਸ ਹੁਣ ਮੈਂ ਸਾਰੀਆਂ ਲਾਈਟਾਂ ਦੀ ਵਾਇਰਿੰਗ ਕਰਦਾ। ਫਿਰ ਵਾਇਰਿੰਗ ਕਰਕੇ ਨਾ ਜੋ ਚੱਲ ਪਈਆਂ ਸਾਰੀਆਂ, ਫਿਰ ਇੱਕ ਤਾਰ ਤੋੜ ਕੇ ਆਪਾਂ ਸੁੱਚ ਨਾਲ ਜੋੜ ਦਾਂਗੇ, ਯਾਨੀ ਕਿ ਸਾਰਾ ਕੁਛ ਓਕੇ ਕਰਕੇ ਹੁਣ ਤੁਹਾਨੂੰ ਦਿਖਾਉਣਾ। ਅਤੇ ਤੁਸੀਂ ਆਹ ਦੇਖੋ, ਤੁਸੀਂ ਸਾਈਕਲ ਦੇ ਵਿੱਚ ਜਾਓ ਅਤੇ ਬਾਹਰ ਨਿਕਲੋਗੇ ਜਦੋਂ ਤੁਹਾਨੂੰ ਸਾਰਾ ਕੁਛ ਕੰਮ ਹੋਇਆ ਮਿਲੂਗਾ। ਦੇਖ ਸਕਦੇ ਹੋ ਇੱਕ ਸੁੱਚ ਲੱਗੀ ਹੋਈ ਆ, ਬਹੁਤ ਹੀ ਇਹ ਸਾਫ਼ ਸੁਥਰੀ ਲੱਗਦੀ ਆ, ਪਰ ਇਹ ਸਾਰੀ ਵਰਕ ਵੀ ਕਰ ਰਹੀ ਆ, ਜਿਵੇਂ ਸਾਰੀਆਂ ਲਾਈਟ ਚੱਲ ਰਹੀਆਂ ਨੇ, ਪਰ ਥੱਲੇ ਦੇਖੋ ਤੁਸੀਂ ਆਖ ਸਮਾਨ।
ਅਤੇ ਮੈਨੂੰ ਨਹੀਂ ਲੱਗਦਾ ਮੈਂ ਇਹਨੂੰ ਅਰੇਂਜ ਕਰ ਪਾਊਂਗਾ ਕਿਸੇ ਲੋਟ ਵੀ, ਇਹ ਹੋ ਹੀ ਨਹੀਂ ਸਕਦੀ ਇੰਨੀਆਂ ਤਾਰਾਂ ਇੱਥੇ ਕਿਵੇਂ ਫਿੱਟ ਆਉਣਗੀਆਂ, ਇਹਦਾ ਇੱਕ ਬੈਟਰੀ ਵੀ ਚਾਹੀਦੀ ਹੈ ਮੇਰੇ ਹਿਸਾਬ ਨਾਲ, ਬਾਕੀ ਜਿਵੇਂ ਵੀ ਜਿੰਨੀਆਂ ਭੈੜੀਆਂ ਲੱਗਦੀਆਂ ਲੱਗੀ ਜਾਣ ਦਿਓ, ਬਾਕੀ ਸਾਨੂੰ ਹੁਣ ਹੀ ਦਿਖਾਉਣਾ ਜੇ ਸੈੱਟ ਕਰਕੇ ਔਰ ਇਹ ਬੈਟਰੀ ਫਿੱਟ ਕਰ ਦਾਂਗੇ, ਸ਼ਾਇਦ ਫਿਰ ਇਹ ਜਿਹੜਾ ਜਾਲ ਜਾਂ ਤਾਰਾਂ ਉਹ ਖਤਮ ਹੋ ਜਾਵੇ, ਪਰ ਹੁਣ ਦੇਖੋ ਸਾਰੀਆਂ ਚੱਲਦੀਆਂ ਨੇ, ਹੁਣ ਆਫ ਆ ਇਹ ਆਹ ਕਰਤੀ ਮੈਂ ਔਨ, ਆਹ ਵੀ ਚੱਲ ਪਈ ਔਰ ਆਹ ਵੀ ਚੱਲ ਪਈ, ਆਹ ਵੀ ਚੱਲ ਪਈ, ਆਹ ਵੀ ਉਹ ਵੀ ਜਿਹੜੀ ਉਰੇ ਲਾਈਟ ਲਾਈ ਸੀ ਨਾ ਮੈਂ ਪੱਟ ਕੇ ਪਿੱਛੇ ਲਾ ਤੀ, ਅਤੇ ਹੁਣ ਤੁਹਾਨੂੰ ਮੈਨੂੰ ਆਉਣਾ ਹਨੇਰੇ ਹਨੇਰੇ ਵਾਲੇ ਕਮਰੇ 'ਚ ਜਾ ਕੇ ਦਿਖਾਉਣਾ, ਸਕਦੇ ਹੋ ਇਹ ਥੋੜ੍ਹਾ ਹਨੇਰੇ ਵਾਲਾ ਕਮਰਾ ਪਰ ਇੱਥੇ ਚੱਲਣਾ ਹੈਗਾ, ਅਤੇ ਹੁਣ ਤੁਹਾਨੂੰ ਸੱਚ ਦੱਸਦਾ ਜਿਵੇਂ ਕਿ ਇਹ 1 2 3 ਤਾਂ ਦੇਖੋ ਤੁਸੀਂ ਸਾਈਕਲ ਦੀ ਕਿੰਨੀ ਜ਼ਿਆਦਾ ਗਦਰ ਲੁੱਕ ਆ ਰਹੀ ਹੈ, ਆਹ ਵੀ ਸਿਰਾ ਲੱਗਦੀ ਹੈ, ਬਲੂ ਟਾ ਸਭ ਜਿਹੜੀ ਹੈ ਬਲੂ ਲਾਈਟ ਮੈਨੂੰ ਸਭ ਤੋਂ ਸਿਰਾ ਲੱਗੀ, ਅਤੇ ਚੈਨ 'ਚੋਂ ਸਭ ਕੁਝ ਸਿਰਾ ਲੱਗਦੀ ਹੈ ਪੂਰੀ ਓਕੇ, ਬਸ ਹੁਣ ਇੱਕ ਨੁਕਸਾਨ ਜਿਹਾ ਇਹਦਾ ਵੀ ਹੈ ਤਾਰਾਂ ਅਰੇਂਜ ਕਰਨੀ, ਜਿੰਨੀ ਜਾਣੀ ਸਵੇਰੇ ਜਾਣੀ ਕਿ ਦਿਨ 'ਚ ਇਹ ਬਿਨ ਬੇਕਾਰ ਲੱਗ ਰਹੀ ਹੈ ਤਾਰਾਂ ਨਾਲ, ਉਨੀ ਉਹ ਘੈਂਟ ਇਹ ਰਾਤ ਨੂੰ ਲੱਗ ਰਹੀ ਹੈ, ਘੈਂਟ ਲਾ ਦੀ ਹੋਏ, ਅਤੇ ਹੁਣ ਇਹਦੀਆਂ ਤਾਰਾਂ ਨੂੰ ਅਰੇਂਜ ਕਰਕੇ ਜਿੰਨੀ ਕੁ ਹੋ ਸਕਦੀ ਨੇ ਉਨੀ ਕੁ ਅਰੇਂਜ ਕਰਕੇ ਦੇਖਦੇ ਹਾਂ, ਬਾਕੀ ਫਿਰ ਊਂ ਸਿਰਾ ਤਾਂ ਲੱਗ ਰਹੀ ਹੈ, ਦੇਖੋ ਬਾਕੀ ਸਿਰਾ ਲੱਗ ਗਿਆ ਵੀ ਸਿਰਾ, ਜਿਹੜੇ ਹਿਸਾਬ ਨਾਲ ਤਾਂ ਤਾਰਾਂ ਸੀਗੀਆਂ ਮੈਂ ਤਾਂ ਸੋਚਦਾ ਸੀ ਮੇਰੇ ਤੋਂ ਇਹ ਹੋਣੀ ਨਹੀਂ ਅਰੇਂਜ, ਲਗਭਗ ਸਾਰੀਆਂ ਅਰੇਂਜ ਹੋ ਗਈਆਂ, ਬਸ ਇੱਕ ਸੀਟ ਵਾਲੀ ਅਤੇ ਆਹ ਇੱਕ ਬਸ ਜੋੜ ਨੂੰ ਰਹਿ ਗਈ, ਤਾਰਾਂ ਤਾਂ ਕੁਝ ਦਿਖਦੀ ਨਹੀਂ ਹੈਗੀ, ਮੈਨੂੰ ਤਾਂ ਲੱਗੇ ਵੀ ਸਾਰੀਆਂ ਤਾਰਾਂ ਦਿਖਣਗੀਆਂ, ਕੋਈ ਤਾਰ ਨਹੀਂ ਦਿਖਦੀ, ਮਤਲਬ ਕਿ ਬਿਲਕੁਲ ਸਹੀ ਕੰਮ ਹੋਇਆ ਜਿਹੜਾ ਮੈਂ ਚਾਹੁੰਦਾ ਸੀ, ਅਤੇ ਹੁਣ ਬਸ ਜੀ ਆਹ ਤਾਰ ਜੋੜ ਕੇ ਆਪਾਂ ਤੁਹਾਨੂੰ ਪੂਰੀ ਫਰੈਸ਼ ਕਰਕੇ ਦਿਖਾਉਂਦੇ ਹਾਂ ਵੀ ਇੱਕ ਵੀ ਤਾਰ ਦਿਖਦੀ ਕਿ ਨਹੀਂ, ਇੱਧਰੋਂ ਦੇਖੋ ਕੋਈ ਤਾਰ ਨਹੀਂ ਦਿਖਦੀ, ਬਸ ਆਹ ਜਿਹੜੀ ਆਹ ਵਾਲੀ ਤਾਰ ਅਤੇ ਬੈਟਰੀ ਵਾਲੀ ਤਾਰਾਂ ਨੇ ਇਹਨਾਂ ਨੂੰ ਸੈੱਟ ਕਰਦਾ, ਉਦੋਂ ਬਾਅਦ ਤਾਂ ਕੁਛ ਦਿਖਣਾ ਹੀ ਨਹੀਂ ਵੀ ਹਾਂ ਵੀ ਇਹਦੇ ਕੁਛ ਲੱਗਿਆ ਹੋਇਆ, ਉੱਤੇ ਜਿਹੜੀਆਂ ਰੈੱਡ ਬਲੈਕ ਤਾਰਾਂ ਨੇ ਉਹ ਵੀ ਮੈਂ ਦੇਖੋ ਟੇਬ ਲਾ ਕੇ ਇਹਨਾਂ ਨੂੰ ਬਲੈਕ ਕਰਤਾ ਤਾਂ ਕਿ ਇਹ ਦਿਖਣਗੀਆਂ ਨਹੀਂ, ਹੁਣ ਉਹ ਜਮਾਂ ਵੀ ਨਹੀਂ ਦਿਖਦੀਆਂ, ਜਿਹੜੀਆਂ ਉਰੇ ਇੰਨਾ ਗੁੱਛਾ ਜਿਹਾ ਬਣਿਆ ਪਿਆ ਸੀ ਉਹ ਮੈਂ ਇੱਥੋਂ ਹੀ ਐਡਜਸਟ ਕਰਕੇ ਇੱਥੇ ਜੋੜ ਕੇ ਕਰ ਲਈਆਂ, ਜਾਣੀ 4-5 ਗੁੱਛਿਆਂ ਦਾ ਤਾਰਾਂ ਦਾ ਸਿਰਫ ਦੋ ਗੁੱਛ ਦੋ ਤਾਰਾਂ ਬਣਾ ਲਈਆਂ, ਅਤੇ ਬਸ ਹੁਣ ਇਹ ਬਣਨ ਨੂੰ ਤਿਆਰੀ ਆ, ਅਤੇ 103 ਲਾਈਕ ਜ਼ਰੂਰ ਕਰ ਦਿਓ, ਫਿਰ ਜਿਹੜੀ ਸੀਟ 'ਤੇ ਬੈਟਰੀਆਂ ਲੱਗੀਆਂ ਨੇ ਇਹਨੂੰ ਪੱਟ ਕੇ ਉੱਥੇ ਹੀ ਲਾ ਦਾਂਗੇ ਜਿੱਥੇ ਲੱਗਣੀਆਂ ਚਾਹੀਦੀਆਂ ਨੇ, ਦੇਖੋ ਹੁਣ ਜਿਹੜੀਆਂ ਬੈਟਰੀਆਂ ਸੀਗੀਆਂ ਇਹਨੂੰ ਮੈਂ ਸਾਰਿਆਂ ਜੋੜ ਕੇ ਇੱਕ ਇਨਵਰਟਰ ਵਰਗੀ ਬੈਟਰੀ ਬਣਾ ਲਈ ਹੈ ਨਾ, ਪਰ ਹੁਣ ਪਹਿਲਾਂ ਇਹਨੂੰ ਇਹਦੇ ਵਿੱਚ ਸੀਟ ਦੇ ਵਿੱਚ ਲਾ ਦਈਏ ਗਲੂ ਗਨ ਨਾਲ ਗਰਮ ਕਰਕੇ, ਜਿਵੇਂ ਹੁਣ ਤੁਸੀਂ ਦੇਖ ਸਕਦੇ ਹੋ ਇੱਕ ਵੀ ਤਾਰ ਮੈਨੂੰ ਨਜ਼ਰ ਨਹੀਂ ਆ ਰਹੀ, ਮੈਨੂੰ ਕਿ ਇੱਕ ਦੋ ਆ ਰਹੀਆਂ ਨੇ, ਜਿਵੇਂ ਕਿ ਇੱਕ ਆਹ ਤਾਰ ਅਤੇ ਇੱਕ ਆਹ ਤਾਰ, ਇਹ ਥੋੜ੍ਹੀਆਂ ਨਜ਼ਰ ਆ ਰਹੀਆਂ ਪਰ ਬਾਹਲੀਆਂ ਨਹੀਂ ਆ ਰਹੀਆਂ, ਜਾਣੀ ਕਿ ਆਪਾਂ ਨੂੰ ਬਿਲਕੁਲ ਸਹੀ ਪਰਫੈਕਟ ਕਹਾਂਗੇ ਵੀ ਵਾਇਰਿੰਗ ਕੀਤੀ ਹੋਈ ਆ, ਕਿਉਂਕਿ ਕੋਈ ਵਾਇਰਿੰਗ ਨਹੀਂ, ਜਿਵੇਂ ਤੁਹਾਨੂੰ ਪਹਿਲਾਂ ਦਿੰਦੀ ਸੀਗੀ ਉਹ ਮੈਨੂੰ ਦਿੰਦੀ ਹੈਗੀ, ਅਤੇ ਸੱਚ ਪੂਰੀ ਨੀਟ ਐਂਡ ਕਲੀਨ ਹੋ ਗਈ, ਅਤੇ ਹੁਣ ਸਾਰੀਆਂ ਚੀਜ਼ਾਂ ਵਰਕ ਕਰਦੀਆਂ, ਦੇਖੋ ਮੈਂ ਸੱਚ ਨੂੰ ਔਨ ਕਰਦਾ ਇਹ ਔਨ, ਤਾਂ ਦੇਖੋ ਆਹ ਵੀ ਚੱਲ ਪਈ, ਉਹ ਵੀ ਸਾਰੀਆਂ ਚੱਲ ਪਈਆਂ, ਅਤੇ ਹੁਣ ਦਿੰਦੀਆਂ ਨਹੀਂ ਹੈਗੀਆਂ, ਹੁਣ ਕਿਉਂਕਿ ਦਿਨ ਬਹੁਤ ਚੜਿਆ ਹੋਇਆ, ਰਾਤ ਹੋਏ ਤਾਂ ਤੁਹਾਨੂੰ ਦਿਖਾਉਂਦੇ ਹਾਂ, ਆਹ ਸੰਧਾਰੇ ਵੀ ਚੱਕਣੇ ਨੇ, ਇੰਨਾ ਗੰਦ ਚੱਕਣਾ ਪੈਣਾ ਹੁਣ, ਅਤੇ ਜਿਵੇਂ ਕਿ ਹੁਣ ਤੁਸੀਂ ਦੇਖ ਸਕਦੇ ਹੋ ਦੂਜਾ ਦਿਨ ਹੋ ਗਿਆ, ਦੂਜਾ ਦਿਨ ਨਹੀਂ ਕਹਿ ਸਕਦੇ, ਦੂਜੀ ਸ਼ਾਮ ਕਹਿ ਸਕਦੇ ਹਾਂ, ਅਤੇ ਤੁਹਾਨੂੰ ਮੈਂ ਲਾਈਟ ਰਾਤਾਂ ਦਿਖਾ, ਰਾਤ ਨੂੰ ਦਿਖਾਈ ਨਹੀਂ ਰਾਤਾਂ ਨੂੰ, ਉਲਟ ਕਹਿ ਗਿਆ ਲਾਈਟਾਂ ਨੂੰ ਲਾਈਟਾਂ ਕਹਿਣਾ ਸੀ, ਅਤੇ ਚੱਲ ਛੱਡੋ, ਯਾਨੀ ਕਿ ਰਾਤ ਨੂੰ ਦਿਖਾਉਣੀ ਸੀ ਜਿਹੜੀਆਂ ਲਾਈਟਾਂ ਤੁਹਾਨੂੰ ਦਿਖਾਈਆਂ ਨਹੀਂ, ਅਤੇ ਹੁਣ ਵੀ ਤੁਹਾਨੂੰ ਨਹੀਂ ਦਿਖਾਊਂਗਾ, ਕਿਉਂਕਿ ਨਾ ਮੈਂ ਤਾਂ ਦੋ ਐਕਸਟਰਾ ਹੋਰ ਲਾਈਟਾਂ ਲਾ ਦੀਆਂ ਔਫ ਕੈਮਰੇ 'ਤੇ, ਉਹ ਰਹਿ ਜਾਤੀ ਕਿਉਂਕਿ ਮੂਲ ਡਰ ਖਾਲੀ ਜਿਹਾ ਲੱਗ ਰਿਹਾ ਸੀਗਾ, ਠੀਕ ਆ, ਅਤੇ ਪਰ ਇਹ ਲਾਉਣ ਦਾ ਨਾ ਜਿਹੜੀਆਂ ਸਾਰੀਆਂ ਲਾਈਟਾਂ ਨੇ ਡਿੰਮ ਜਿਹੀਆਂ ਹੋ ਗਈਆਂ, ਕਿਉਂਕਿ ਆਪਣੇ ਕੋਲ ਬੈਟਰੀਆਂ 6 ਨੇ ਅਤੇ ਲਾਈਟਾਂ 8, ਅਤੇ ਦੋ ਬੈਟਰੀਆਂ ਘਰ ਦੀਆਂ, ਇਸ ਕਰਕੇ ਮੈਂ ਬ੍ਰਾਂਡ ਨਿਊ ਦੋ ਬੈਟਰੀਆਂ ਲਿਆ ਕੈਮਰਾਮੈਨ ਕੋਲ, ਆਹ ਦੋਨੋਂ ਬੈਟਰੀਆਂ ਬ੍ਰਾਂਡ ਨਿਊ ਹੋਣੇ, ਅਨਪੈਕੇਜਿੰਗ ਕਰਕੇ ਦਿਖਾਉਣਾ ਤੁਹਾਨੂੰ, ਫੋਕਸ ਅਤੇ ਇੱਕ ਬਾਈ ਦਾ ਕਮੈਂਟ ਆਇਆ ਸੀ ਵੀ ਆਹ ਵਾਲੀ ਸੋਚਣ ਵਾਲਾ ਸਾਰਾ ਕੁਛ ਕਰੋ, ਕਮੈਂਟ ਕਰਕੇ ਆਪਾਂ ਸੋਚ ਵੀ ਲਾ ਤੀ, ਅਤੇ ਇੱਕ ਹੋਰ ਬਾਈ ਦਾ ਕਮੈਂਟ ਆਇਆ ਸੀਗਾ ਵੀ ਲਾਈਟਾਂ ਨਾਲ ਸਾਈਕਲ ਹੀ ਭਰ ਦਿਉ, ਅਤੇ ਸਾਈਕਲ ਹੀ ਆਪਾਂ ਲਾਈਟਾਂ ਨਾਲ ਭਰਤੀ, 8 ਲਾਈਟਾਂ ਹੋ ਗਈਆਂ ਟੋਟਲ, ਅਤੇ ਇੱਕ ਹੋਰ ਬਾਈ ਦਾ ਕਮੈਂਟ ਆ ਰਿਹਾ ਵੀ ਬਹੁਤ ਟਾਈਮ ਦਾ ਵੀ ਆਪਾਂ ਇਹਦੇ 'ਤੇ ਉਹ ਲਾਉਣੀਆਂ ਨੇ ਬਾਲ ਲਾਈਟਸ, ਅਤੇ ਆਪਾਂ ਉਹ ਵੀ ਲਿਆਉਂਦੀਆਂ, ਦੇਖੋ ਤੁਸੀਂ ਦੇਖ ਸਕਦੇ ਹੋ ਦੋ ਲਾਈਟਾਂ, ਇਹ 10 ਰੁਪਏ ਇੱਕ ਪੀਸ ਪਿਆ ਮੈਨੂੰ ਵਿਕਟ ਕੀਤਾ, ਇਸ ਕਰਕੇ ਮੈਨੂੰ ਕਰਨਾ ਪਿਆ, ਇਸ ਕਰਕੇ ਤੁਸੀਂ ਹੋਰ ਕਮੈਂਟ ਕਰਦੇ ਰਹੋ, ਜਿਵੇਂ ਕਰੋਗੇ ਕਮੈਂਟ ਉਹ ਵੀ ਮੈਂ ਇਹਨੂੰ ਜਿਵੇਂ ਤੁਸੀਂ ਕਹੋਗੇ ਉਕਣੇ ਕਰਾਂਗੇ, ਅਤੇ ਹੁਣ ਆਪਾਂ ਆਹ ਜਿਹੜੀਆਂ ਲਾਈਟਾਂ ਵਾਲਾ ਕੰਮ ਆ ਆਹ ਵਾਲੀਆਂ ਦਾ, ਇਹ ਇੱਕਣ ਚੱਲਦੀਆਂ, ਦੇਖੋ ਇਹਨੂੰ ਘੁਮਾਉਣਾ ਪੈਂਦਾ, ਇਹ ਬਾਲਾਂ 'ਤੇ ਲੱਗ ਜਾਂਦੀਆਂ, ਪਰ ਜਿਹੜੇ ਛੜੇ ਜੇ ਬਾਲ ਨੇ ਹਾਂ ਚੱਕੇ 'ਤੇ ਲਾਈਆਂ, ਇਹ ਉਰੇ ਬਾਲ ਨੇ ਜਿਹੜੇ ਇਹ ਟਾਇਰ ਜਿਵੇਂ ਕਿ ਮੋਟਰਸਾਈਕਲ ਨਹੀਂ ਹੁੰਦੇ ਉਹ ਜਾ, ਪਰ ਇਹ ਹੈਗੀਆਂ ਨੇ ਸਾਈਕਲ ਵਾਲੀਆਂ, ਉਹ ਖੁੱਲ ਗਈਆਂ ਓਏ, ਅਤੇ ਇਹ ਤੁਹਾਨੂੰ ਅਗਲੀ ਵੀਡੀਓ 'ਚ ਦਿਖਾਵਾਂਗੇ ਲਾ ਕੇ, ਪਰ ਹੁਣ ਤੁਸੀਂ ਆਹ ਦੋਨੋਂ ਸਾਰੀਆਂ ਬੈਟਰੀਆਂ ਜੋੜ ਕੇ ਤੁਹਾਨੂੰ ਦਿਖਾਉਣਾ ਨੇ ਰਿਚ ਵੀ ਕਹਿ ਜੀ ਲਾ ਦੇ ਸਾਈਕਲ, ਚੱਪਲੀ
ਤਾਂ ਗੋਲ ਘਰ ਇਹਦੇ ਅੰਦਰ ਕਿਸੇ ਨੇ ਨਹੀਂ ਆਉਣਾ ਸਰ ਦੂਰੋਂ ਫੜ ਕੇ ਹੈਰਾਨ ਹੋਣਾ ਹਾਂਜੀ ਤੇ ਹੁਣ ਤੁਸੀਂ ਦੇਖ ਸਕਦੇ ਹੋ ਨੇਰਾ ਹੋ ਗਿਆ ਤੁਹਾਨੂੰ ਕੁਛ ਨਹੀਂ ਨਾ ਹੋਊਗਾ ਇਹ ਆਹ ਮੇਰੀ ਸਾਈਕਲ ਹੀ ਹੈਗੀ ਹੈ ਪਰ ਤੇ ਹੁਣ ਆਪਾਂ ਤੁਹਾਨੂੰ ਸੱਚੇ ਦੱਬ ਕੇ ਦਿਖਾਉਂਦੇ ਹਾਂ ਆਹ ਦੇਖੋ ਟਾਇਰ ਨੀਲਾ ਹੋ ਗਿਆ ਚੈਨ ਪੀਲੀ ਹੋ ਗਈ ਅਤੇ ਇੱਧਰੋਂ ਧਰਤੀ ਲਾਲ ਹੋ ਗਈ ਅਤੇ ਥੱਲਿਓਂ ਇਹ ਪਿੰਕ ਅਤੇ ਪਿੰਕ ਜਿਹਾ ਲਾਈਟ ਕਿਉਂ ਤਾਂ ਬਣਦੀ ਹੈ ਕਿਉਂਕਿ ਇੱਥੇ ਦੋ ਲਾਈਟਾਂ ਲੱਗੀਆਂ ਹੋਈਆਂ ਨੇ ਦੋਨਾਂ ਦਾ ਕੰਬੀਨੇਸ਼ਨ ਇਹੋ ਜਿਹਾ ਜਾਮਨੀ ਜਿਹਾ ਬਣ ਰਿਹਾ ਇੱਥੇ ਬਲੂ ਹੋ ਗਈ ਅਤੇ ਇੱਥੇ ਯੈਲੋ ਹੋ ਗਈ ਇੱਧਰ ਰੈੱਡ ਹੋ ਗਈ ਅਤੇ ਹੁਣ ਇਹ ਫੁੱਲ ਵਧੀਆ ਚੱਲ ਰਿਹਾ ਅਤੇ ਮੈਂ ਬੈਟਰੀ ਜਿਹੜੀ ਸੀਟ ਦੇ ਥੱਲੇ ਲਾਈ ਸੀ ਪਹਿਲਾਂ ਮੈਂ ਉਰੇ ਲਾਈ ਸੀ ਉੱਥੋਂ ਲਾ ਕੇ ਬੈਟਰੀ ਸੀਟ ਥੱਲੇ ਕਰਤੀ ਸੀਗੀ ਹੁਣ ਮੈਂ ਸੀਟ ਤੋਂ ਲਾ ਕੇ ਉਰੇ ਲਾਤੀ ਆ ਤੁਸੀਂ ਦੇਖ ਸਕਦੇ ਉਰੇ ਲਾਤੀ ਜੇ ਤੁਸੀਂ ਇੱਕ ਏਮ ਕਰਦੇ ਹਾਂ 113 ਲਾਈਕ ਦਾ ਜੇ 113 ਲਾਈਕ ਆਏ ਤਾਂ ਆਪਾਂ 500 ਰੁਪਏ ਵਾਲੀ ਬੈਟਰੀ ਲਿਆ ਕੇ ਅਤੇ ਲਾ ਦਾਂਗੇ 113 ਹੁਣ ਆਪਾਂ ਕਿੰਨੀ ਰੋਸ਼ਨੀ ਕਰਦੀ ਹੈ ਨਾ ਥੱਲੇ ਥੱਲੇ ਕਿੰਨੀਆਂ ਲਾਈਟਾਂ ਨੇ ਰੋੜਾ ਗਿਆ ਅਤੇ ਹੁਣ ਬਸ ਇੱਥੇ ਦੋ ਲਾਈਟਾਂ ਲਾਵਾਂਗੇ ਆਪਾਂ ਕਿਸੇ ਟਾਈਮ ਅਤੇ ਤੁਸੀਂ ਦੇਖ ਸਕਦੇ ਹੋ ਹੁਣ ਕਿੰਨੀ ਘੰਟੇ ਲੱਗਦੀ ਹੈ ਤੂੰ ਕਾਹਨੂੰ ਪਰੇ ਹੋ ਗਿਆ ਹਟਦੇ ਬਸ ਹੈਂਡਲ ਹਟਦੇ